ਸਤਿ ਸ਼੍ਰੀ ਅਕਾਲ ਦੋਸਤੋ, ਪਿਛੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਚੱਕ ਜਮੀਤ ਸਿੰਘ ਵਾਲਾ ਵਿਖੇ ਅਤੇ ਅਸੀਂ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਅਤੇ ਦੱਸਾਂਗੇ ਪਿੰਡ ਦਾ ਇਤਿਹਾਸ। ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚੱਕ ਜਮੀਤ ਸਿੰਘ ਵਾਲਾ ਗੰਗਾਨਗਰ ਤੋਂ ਹਨੂੰਮਾਨਗੜ੍ਹ ਰੋਡ 'ਤੇ 28 ਕਿਲੋਮੀਟਰ ਦੀ ਦੂਰੀ 'ਤੇ ਜਦੋਂ ਗੰਗਾਨਗਰ ਤੋਂ ਹਨੂੰਮਾਨਗੜ੍ਹ ਵੱਲ ਆਉਂਦੇ ਹਾਂ ਤਾਂ ਇਹ ਮੁੱਖ ਸੜਕ ਤੋਂ 3 ਕੁ ਕਿਲੋਮੀਟਰ ਦੀ ਦੂਰੀ 'ਤੇ ਵਸਿਆ ਹੋਇਆ ਹੈ। ਇਸ ਨੂੰ ਤਹਿਸੀਲ ਸਾਦੁਲ ਸ਼ਹਿਰ ਅਤੇ ਜ਼ਿਲ੍ਹਾ ਗੰਗਾਨਗਰ ਲੱਗਦਾ ਹੈ। ਚੱਕ ਜਮੀਤ ਸਿੰਘ ਵਾਲਾ ਦੇ ਨਾਲ ਨਾਲ ਪਿੰਡ ਮੰਮਣ ਖੇੜਾ, ਲਾਲਗੜ੍ਹ ਜਟਾਣ, ਪੰਨੀ ਵਾਲਾ ਇਹ ਇਸ ਦੇ ਆਸੇ ਪਾਸੇ ਪਿੰਡ ਲੱਗਦੇ ਹਨ। ਅਤੇ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਪਿੰਡ ਦਾ ਇਤਿਹਾਸਿਕ ਪਿਛੋਕੜ ਪਿੰਡ ਵਾਲਿਆਂ ਤੋਂ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਕਿਰਤੀ ਸਿੰਘ ਸੰਧੂ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ ਜੀ? ਨਿਸ਼ਾਨ ਸਿੰਘ ਸੰਧੂ ਜੀ। ਠੀਕ ਹੈ ਜੀ। ਅਸੀਂ ਅੱਜ ਨਾ ਤੁਹਾਡੇ ਪਿੰਡ ਚੱਕ ਜਮੀਤ ਸਿੰਘ ਵਾਲਾ ਦੀ ਇੱਕ ਡਾਕੂਮੈਂਟਰੀ ਤਿਆਰ ਕਰ ਰਹੇ ਹਾਂ ਅਤੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਪਿੰਡ ਦੀ ਹਿਸਟਰੀ ਜਾਣਨਾ ਚਾਹੁੰਦੇ ਹਾਂ ਵੀ ਇਹ ਪਿੰਡ ਕਿਵੇਂ ਵਸਿਆ, ਕਿਹਨੇ ਵਸਾਇਆ, ਕਦੋਂ ਵਸਾਇਆ, ਅਤੇ ਸਾਨੂੰ ਉਹ ਥੋੜ੍ਹਾ ਜਿਹਾ ਤੁਸੀਂ ਦੱਸੋ। ਇਹ ਨਾ ਜੀ ਸਰਦਾਰ ਜਮੀਤ ਸਿੰਘ ਸੰਧੂ ਜੀ, ਲੰਬਰਦਾਰ, ਪਿੰਡ ਜੰਮੂ ਆਣਾ, ਠੀਕ ਹੈ, ਜ਼ਿਲ੍ਹਾ ਮੁਕਤਸਰ ਜੀ, ਉੱਥੋਂ ਉਹਨਾਂ ਨੇ ਵਸਾਇਆ ਜੀ। ਇੱਥੇ ਉਹਨੇ ਚੱਕ ਖਰੀਦਿਆ ਸੀਗਾ ਜੀ, ਠੀਕ ਹੈ, ਅਤੇ ਇੱਥੇ ਉਹਨੇ 4200 ਦੇ ਕਰੀਬ ਰਕਬਾ ਲਿਆ ਸੀਗਾ, ਠੀਕ ਹੈ। ਬਾਕੀ ਸਾਡੇ ਜਿਹੜੇ ਪਰਿਵਾਰ ਰਹਿੰਦਾ ਉਹ ਬਰਾੜ ਪਰਿਵਾਰ ਰਹਿੰਦਾ ਲਖਮੀਰਿਆਣੇ ਤੋਂ, ਠੀਕ ਹੈ। ਉਹਨਾਂ ਦੇ ਬਾਬਾ ਜਮੀਤ ਸਿੰਘ ਦੀ ਉੱਥੇ ਸ਼ਾਦੀ ਹੋਈ ਸੀ, ਹੁਣ ਸਹੁਰਾ ਪਰਿਵਾਰ ਹੈ, ਠੀਕ ਹੈ, ਚੌਥੇ ਹਿੱਸੇ ਦੀ ਜ਼ਮੀਨ ਉਹਨਾਂ ਕੋਲ ਹੈ, ਠੀਕ ਹੈ। ਅਤੇ ਬਾਕੀ ਸਾਡੇ ਗਿੱਲ ਪਰਿਵਾਰ ਰਹਿੰਦਾ, ਠੀਕ ਹੈ, ਗਿੱਲ ਪਰਿਵਾਰ ਬਾਈ ਜੀ ਦੱਸਣਗੇ ਨੇ। ਉਹ ਜਮੀਤ ਸਿੰਘ ਦਾ ਜੀ ਭਾਣ ਜੀ ਭਲਾ ਡਗਰੂ ਦਾ ਸੁਣ, ਡਗਰੂ ਪਿੰਡ ਹੈ, ਹਾਂਜੀ, ਮੋਗਾ ਜ਼ਿਲ੍ਹੇ ਜੀ, ਮਸ਼ਹੂਰ ਪਿੰਡ ਹੈ ਕੱਲਾ ਕੋਲੇ, ਬਿਲਕੁਲ ਜੀ। ਉੱਥੋਂ ਆ ਕੇ ਡਗਰੂ ਤੋਂ ਉਹਦੇ ਭਾਣ ਜੀ ਆ ਗਏ, ਭਾਣ ਜੀ ਆ ਗਏ ਉਹਨਾਂ ਨੂੰ ਦੇਖਦੇ ਜੀ, ਠੀਕ ਹੈ, ਰਾਮ ਸਿੰਘ ਵਗੈਰਾ ਨੂੰ ਉਹਨਾਂ ਨੂੰ, ਠੀਕ ਹੈ, ਅੱਗੇ ਭਾਣਜਿਆਂ ਦੀ ਗਾਂ, ਫਿਰ ਉਹਨਾਂ ਦੀ ਭਾਣ ਜੀ ਜਿਹੜੀ ਸ਼ੋਭਾ ਵੱਲੋਂ ਗੰਗਾ ਵਿਆਹੀ ਸੀ, ਠੀਕ ਹੈ, ਉਹ ਆ ਗਏ ਇੱਥੇ, ਗਿੱਲ ਫੈਮਿਲੀ, 4 ਫੈਮਿਲੀਆਂ ਜੀ ਸਾਡੀਆਂ ਇੱਥੇ। ਇੱਕ ਤਾਂ ਸੰਧੂ ਹੋ ਗਏ, ਉਹ ਤਾਂ ਸਰਦਾਰ ਜਮੀਤ ਸਿੰਘ ਆ ਉਹਨਾਂ ਦਾ ਹੀ ਪਰਿਵਾਰ ਆ ਗਿਆ, ਕਾਫੀ ਪਰਿਵਾਰ ਆ, ਬਾਕੀ ਉਹ ਭਰਾ ਦਾ ਪਰਿਵਾਰ ਦਾ ਕੋਈ ਕੋਈ ਗੱਲ ਨਹੀਂ। ਜਿਹੜੇ ਗਿੱਲ ਆ ਉਹ ਕਿੱਥੋਂ ਆਏ? ਪਹਿਲਾਂ ਦੱਸੋ ਫਿਰ ਜੀ ਲਖਮੀਰਿਆਣੇ ਵਾਲੇ, ਲਖਮੀਰਿਆਣੇ ਵਾਲੇ ਜੀ, ਬਰਾੜ ਆ ਜੀ, ਲਖਮੀਰਿਆਣੇ ਬਰਾੜ ਆ, ਠੀਕ ਹੈ, ਉਹ ਆ ਗਏ ਉਹਨਾਂ ਨੂੰ ਦੇਤੀ 650 ਜਮੀਨ, ਜਿਹੜੇ ਬਰਾੜ ਆ ਉਹ ਲਖਮੀਰਿਆਣੇ ਤੋਂ, ਬਾਬਾ ਜਮੀਤ ਸਿੰਘ ਦੇ ਸਹੁਰੇ ਸੀ ਆਪਣੀ ਪੰਜਾਬੀ ਭਾਸ਼ਾ 'ਚ ਹੈ ਜੀ, ਠੀਕ ਹੈ ਜੀ। ਤਾਂ ਫਿਰ ਜਮੀਤ ਸਿੰਘ ਨੇ ਆਪਦੇ ਭਤੀਜਾ ਆ ਗਿਆ, ਇੱਕ ਆ ਗਿਆ ਉਹਦੇ ਭਾਣਜੇ, ਅੱਛਾ, ਭਾਣਜਾ ਨੂੰ ਦੇਤੀ 150 ਜਮੀਨ, ਫਿਰ ਮਗਰ ਭਾਣਜੇ ਦਾ ਪਰਿਵਾਰ ਆ ਗਿਆ ਤਾਂ ਉਹਨਾਂ ਨੇ ਤਾਂ ਉਹਨਾਂ ਦਾ ਅਲਾਟਮੈਂਟ ਹੋਈ ਉਹਨੂੰ ਦਿੱਤੀ ਵੀ ਜਮੀਨ, ਹੁਣ ਫਿਰ ਪਈ ਜਮੀਨ ਵੱਧ 25,000 ਵੀ ਗਿਆ ਸਾਡੇ, ਮਰਬਾ ਡੇਢ ਡੇਢ ਮਰਬਾ ਅਲਾਟ ਹੋ ਗਈ ਉਹਨਾਂ ਨੂੰ ਅਲਾਟਮੈਂਟ 'ਚ ਹੋ ਗਈ, ਠੀਕ ਹੈ। 4 ਫੈਮਿਲੀਆਂ ਸੀ, ਮੇਅਰ ਮੁੱਦਾ ਪਹਿਲਾਂ ਪੜਾਉਣਾ, ਠੀਕ ਹੈ। ਇਹ ਕਦੋਂ ਵਸਿਆ ਸੀ ਪਿੰਡ? ਇਹ ਮੇਰਾ ਖਿਆਲ ਹੈ ਜੀ 1882-83 ਦੇ ਵਿੱਚ, ਸੰਨ ਦੇ ਵਿੱਚ, ਸੰਨ ਦੇ ਵਿੱਚ, ਸੰਮਤ 1942 ਦੇ ਕਰੀਬ, 1942 ਦੇ ਆਰ ਪਾਰ, 10-40 ਕਰ ਲਓ ਤੁਸੀਂ, ਬਜ਼ੁਰਗ ਦੱਸਦੇ ਸਨ ਕਿਹੜਾ ਯਾਦਦਾਸ਼ਤ ਮਸਲਾਂ ਦੀ ਵੀ ਖਰਾਬ ਹੋਈ ਜਾਂਦੀ ਹੈ, ਠੀਕ ਹੈ, ਇੰਨਾ ਆਈਡੀਆ ਸਾਡੇ ਕੋਲ। ਅਤੇ ਉਹਨਾਂ ਬਜ਼ੁਰਗਾਂ ਦੇ ਨਾਮ 'ਤੇ ਹੀ ਫਿਰ ਇਹ ਜਿਹੜਾ ਨਾਮ ਹੈ ਚੱਕ ਜਮੀਤ ਸਿੰਘ, ਜਮੀਤ ਸਿੰਘ ਵਾਲਾ ਆ ਗਿਆ ਜੀ। ਉਹਨਾਂ ਨੂੰ ਇੱਥੇ ਪਹਿਲੇ ਜ਼ਮਾਨੇ 'ਚ ਕਿ ਆਪਣੇ ਕੋਲ ਪਸ਼ੂ ਚਾਰਨ ਦਾ ਸ਼ੌਂਕ ਸੀਗਾ ਅਤੇ ਉਹਨੇ ਬੰਦੇ ਘੱਲਤੇ ਅਤੇ ਦੁਆਲੇ ਦੁਆਲੇ ਬਾਅਦ ਵਿੱਚ ਆ ਕੇ ਉਹਨੇ ਰਾਜੇ ਮਹਾਰਾਜ ਕੋਲ ਗਏ, ਕੁਰਸੀ ਬਰਾਬਰ ਦੇ ਕੇ ਉਹਨੇ ਰਾਜੇ ਮਹਾਰਾਜ ਨੇ ਮੇਰੀ ਤੱਕ, ਮਹਾਰਾਜਾ ਗੰਗਾ ਸਿੰਘ ਦਾ ਰਾਜ, ਡੂੰਗਰ ਸਿੰਘ ਸੀ, ਅੱਛਾ, ਡੂੰਗਰ ਸਿੰਘ ਦੇ ਟਾਈਮ 'ਚ ਉਹਨੇ ਰਾਜ ਦੇ, ਉਹਨੇ ਦੇਖ ਕੇ ਦੇ ਤਾ ਵੀ ਤੱਕ ਪਰ ਟੋਟ ਟੱਟ ਕੋਈ ਪੈਸੇ ਭਰੇ ਕੀ ਨਹੀਂ, ਮੰਮੜ 'ਚੋਂ ਵਧਿਆ ਸਾਡਾ ਮੰਮੜ ਖੇੜਾ 'ਚੋਂ, ਇੰਨਾ 4,000 ਤੱਕ 4200 ਦਾ ਰਕਬਾ ਲਗਭਗ, ਇਹ 'ਚ 1500 ਵੀ ਗਜਮੀ ਤਾਂ ਜਮੀਤ ਸਿੰਘ ਦੇ ਪਰਿਵਾਰ ਕੋਲ ਹੋ ਗਈ, ਉਹਨੇ 700 ਵੀ ਸਾਡੇ ਕੋਲ ਹੋ ਗਈ,
ਉਹਦੇ ਭਤੀਜੇ ਦੇ ਪਰਿਵਾਰ ਕੋਲ ਕੇਹਰ ਸਿੰਘ ਦੇ, ਸਾਢੇ 600 ਵਿਘਾ ਜ਼ਮੀਨ ਹੋ ਗਈ ਜੀ ਆਪਣੇ ਲਖਮੀਟ ਵਾਲੇ ਫੈਮਿਲੀ ਕੋਲ, 150 ਕਿ ਡਬਰੂ ਵਾਲਿਆਂ ਕੋਲ, ਬਾਕੀ ਅਲਾਟਮੈਂਟ ਹੋਈ ਜਿਹੜੀ ਬਹੁਤ ਰਹਿ ਗਈ ਇੰਨਾ ਹੀ ਬਸ। ਇੰਨਾ ਹੀ ਹੈ ਟੋਟਲ? ਹਾਂਜੀ ਠੀਕ ਹੈ। ਤੇ ਇਹਨਾਂ ਤੋਂ ਥੋੜ੍ਹਾ ਜਿਹਾ ਪਿਛੋਕੜ ਦੱਸ ਦਿੰਦੇ ਸਰਦਾਰ ਜਮੀਤ ਸਿੰਘ ਜੀ ਦਾ। ਹਰਿਆਲੇ ਵਾਲਾ ਪਿੰਡ ਆ ਜੀ ਫਰੀਦਕੋਟ ਜ਼ਿਲ੍ਹੇ 'ਚ। ਠੀਕ ਹੈ, ਗੋਲੇ ਵਾਲੇ ਕੋਲੇ। ਠੀਕ ਹੈ। ਉੱਥੋਂ ਉੱਠ ਕੇ ਜੀ ਉੱਥੇ ਕਿਸੇ ਦੱਸੀ ਗੱਲ ਵੀ ਰਾਜੇ ਮਹਾਰਾਜੇ ਨਾਲ ਕੋਈ ਮਾੜੀ ਮੋਟੀ ਅਣਬਣ ਹੋ ਗਈ, ਉਸ ਮਿੱਡਾ ਪੱਤੀ ਸਾਡੀ ਉੱਥੋਂ ਆ ਕੇ ਜੰਮੂ ਆਉਣਾ, ਜੰਮੂ ਬਾਣੀਆਂ ਸੀ ਕੋਠੀ ਬਣੀ ਸੀ ਛੋਟੀਆਂ ਇੱਟਾਂ ਦੀ। ਅੱਛਾ। ਅਤੇ ਜੰਮੂ ਬਾਣੀਆਂ ਨੇ ਕਿਸੇ ਕਾਰਨ ਵਾਸਤੇ ਬਾਬੇ ਜਮੀਤ ਸਿੰਘ ਦੇ ਪਿਓ ਬਾਹਲ ਪਹਿਲੂ ਸਿੰਘ ਨੂੰ ਜ਼ਮੀਨ ਉਹ ਦੇ ਦਿੱਤੀ। ਜਮੀਤ ਸਿੰਘ ਦਾ ਪਿਓ ਦਾ ਨਾਂ ਸੀਗਾ ਜੀ ਹਜ਼ਾਰ ਕਮਾ। ਕੀ? ਪਹਿਲੂ ਸਿੰਘ। ਪਹਿਲੂ ਸਿੰਘ, ਪਹਿਲੂ ਸਿੰਘ, ਠੀਕ ਹੈ। ਸਰਦਾਰ ਪਹਿਲੂ ਸਿੰਘ ਸੰਧੂ ਸੀ। ਠੀਕ ਹੈ। ਉਹਨਾਂ ਦਾ ਜਿਹੜਾ ਬੇਟਾ ਜਮੀਤ ਸਿੰਘ ਸੰਧੂ, ਇੱਕ ਜੱਸਾ ਸਿੰਘ ਸੀ, ਇੱਕ ਜੱਸਾ ਸਿੰਘ ਸੀਗਾ, ਉਹਦਾ ਪਰਿਵਾਰ ਵੀ ਇੱਥੇ ਰਹਿੰਦਾ ਸੀ। ਅਤੇ ਉਸ ਤੋਂ ਬਾਅਦ ਜਿਹੜੇ ਹੋਏ ਸਰਦਾਰ ਚੇਤ ਸਿੰਘ। ਠੀਕ ਹੈ ਜੀ। ਜਿਹੜੇ ਸਾਡੇ ਪੜਦਾਦਾ ਹੀ ਹੋਏ। ਠੀਕ ਹੈ। ਚੇਤ ਸਿੰਘ ਦੇ ਜਿਹੜੇ ਗਾ ਬੇਟੇ ਗਾ ਤਿੰਨ ਸੀਗੇ ਜੀ, ਵਜ਼ੀਰ ਸਿੰਘ। ਠੀਕ ਹੈ। ਅਤੇ ਅਜਾਇਬ ਸਿੰਘ। ਠੀਕ ਹੈ। ਬਚਿੱਤਰ ਸਿੰਘ। ਠੀਕ ਹੈ ਜੀ। ਤੇ ਉਹਨਾਂ ਦਾ ਪਰਿਵਾਰ ਇੱਥੇ ਵੀ ਰਹਿੰਦਾ ਸਾਰਾ, ਭਾਵ ਵਾਲੇ ਵੀ ਰਹਿੰਦਾ। ਠੀਕ ਹੈ। ਮੇਰੇ ਦਾਦਾ ਜੀ ਦਾ ਨਾਂ ਅਜਾਇਬ ਸਿੰਘ ਸੀਗਾ, ਜਿਹੜੇ ਛੋਟੇ ਛੋਟੇ ਸੀਗੇ। ਠੀਕ ਹੈ ਜੀ। ਤੇ ਸਾਡੇ ਪਾਪਾ ਜੀ ਦਾ ਨਾਂ ਤੇਜ ਸਿੰਘ ਸੰਧੂ ਹੈ। ਸਾਡੇ ਚਾਚਾ ਜੀ ਜਿਹੜੇ ਜੋਧਪੁਰ ਰਹਿੰਦੇ ਹਰਦੇਵ ਸਿੰਘ ਸੰਧੂ। ਠੀਕ ਹੈ। ਇੱਕ ਬਾਵਲੇ ਰਹਿੰਦੇ ਹਰਬੰਸ ਸਿੰਘ ਸੰਧੂ, ਦੋ ਛੋਟੇ ਲੁਧਿਆਣੇ ਰਹਿੰਦੇ ਗੁਰਚਰਨ ਸਿੰਘ ਸੰਧੂ। ਠੀਕ ਹੈ। ਮੇਰਾ ਨਾਮ ਵਿਸ਼ਾਲ ਸਿੰਘ ਸੰਧੂ ਜੀ। ਠੀਕ ਹੈ। ਅੱਗੇ ਲੜਕੇ ਦਾ ਨਾਂ ਗੁਰਕੀਰਤ ਸਿੰਘ ਸੰਧੂ ਹੈ। ਠੀਕ ਹੈ। ਚਲੋ ਛਪੜੀ ਸੀ ਇੱਕ। ਅੱਛਾ। ਬਗਿਆੜ ਪੈਂਦੇ ਸੀ, ਲੰਮੀ ਵਾਲੀ ਛਪੜੀ ਬੋਲਦੇ ਸੀ, ਅਤੇ ਉਹ ਬਗਿਆੜਾਂ ਦੇ ਵਿੱਚ ਆ ਕੇ ਬਗਿਆੜ ਨੂੰ ਗੁੜਬੁੜਾ ਤਕੜਾ ਸੀ ਦਵਾ ਲਿੱਤੇ ਉਹਨੇ ਉੱਥੋਂ। ਠੀਕ ਹੈ। ਜੰਮੂਆਣਾ ਦੀ, ਜੰਮੂਆਣੇ ਆ ਕੇ ਜੰਮੂਆਣੇ ਤੋਂ ਫਿਰ ਉਹਦੇ ਲੜਕੇ ਹੋ ਗਏ। ਭਾਅ ਵਾਲੇ ਵੀ ਸਾਡਾ ਪਰਿਵਾਰ ਬੈਠਾ ਜੀ, ਸਾਡੇ ਪੜਦਾਦਾ ਜੀ ਭਾਅ ਵਾਲੇ ਉੱਥੇ ਆ ਕੇ ਲੰਬਰਦਾਰ ਆ ਗਏ, ਅਸੀਂ ਵੀ ਆ ਗਏ ਉੱਥੇ ਲੰਬਰਦਾਰੀ ਭਾਅ ਵਾਲੇ 'ਚ ਆ ਗਈ। ਠੀਕ ਹੈ। ਅਤੇ ਉਹਨੇ ਮੀਰ ਸਿੰਘ ਦੇ ਜੀ ਪੰਜ ਲੜਕੇ ਸੀ, ਦੋ ਤਾਂ ਗੁਜ਼ਰ ਗਏ ਸੀ। ਠੀਕ ਹੈ। ਵੱਡਾ ਸੀਗਾ ਮੇਹਰ ਸਿੰਘ। ਠੀਕ ਹੈ। ਇੱਥੇ ਨੰਬਰਦਾਰ ਚੱਕਰਵੀਰ ਸਿੰਘ ਵਾਲੇ ਦਾ। ਠੀਕ ਹੈ। ਉਹਦਾ ਚੇਤ ਸਿੰਘ ਸੀ, ਉਹ ਭਾਅ ਵਾਲੇ ਦਾ ਨੰਬਰਦਾਰ ਸੀ ਜੀ। ਉਹਦੂ ਛੋਟਾ ਸੋਹਣਾ ਸਿੰਘ ਸੀ। ਠੀਕ ਹੈ। ਜੰਮੂ ਵਾਲੇ ਦਾ ਨੰਬਰਦਾਰ ਜਿਹੜਾ ਬਾਅਦ ਫਿਰ ਜਮੀਤ ਸਿੰਘ ਦੀਆਂ ਜਿਹੜੀਆਂ ਲੜਕੀਆਂ ਸੀ। ਹਾਂਜੀ। ਉਹ ਪ੍ਰਕਾਸ਼ ਬਾਦਲ ਦੀ ਦਾਦੀ, ਉਹ ਸੀ ਪ੍ਰਤਾਪ ਕੌਰ। ਪ੍ਰਤਾਪ ਕੌਰ ਸਰਦਾਰ ਪ੍ਰਕਾਸ਼ ਸਿੰਘ ਦੇ ਦਾਦੀ, ਇੱਕ ਸਰਦਾਰ ਦੀਪ ਸਿੰਘ ਬਾਦਲ ਦੀ ਉਹਦੀ ਦਾਦੀ ਸੀਗੀ। ਠੀਕ ਹੈ। ਜਗਜੀਤ ਸਿੰਘ ਤੇ ਰਣਜੀਤ ਸਿੰਘ ਉਹਨਾਂ ਦੀਆਂ ਬੇਟੀਆਂ ਸੀ। ਹਾਂਜੀ, ਉਹਨਾਂ ਜਮੀਤ ਸਿੰਘ ਦੀਆਂ ਬੇਟੀਆਂ ਸੀ। ਹਾਂ ਠੀਕ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਦਾ ਦਾਦੀ, ਇੱਕ ਦੀਪ ਸਿੰਘ ਜੀ ਤੇਰੇ ਉਹਨਾਂ ਦੀ ਦਾਦੀ। ਠੀਕ ਹੈ। ਜੇ ਬਾਦਲ ਤੋਂ ਜਾਣ ਦੋ ਨਾ ਜਾਣਦੇ ਤੁਸੀਂ ਉਹ ਤਾਂ ਸੁਣ ਪੁੱਲੇ। ਹਾਂ, ਇੱਕ ਰਤਨਗੜ੍ਹ ਵਿਆਹੀ ਸੀ, ਇੱਕ ਸ਼ੇਰੇ ਵਾਲਾ ਪੰਜਾਬ 'ਚ, ਉੱਥੇ ਚਾਰ ਲੜਕੇ ਸੀ। ਠੀਕ ਹੈ। ਉਹ ਬਰਾੜ ਹੈ। ਠੀਕ ਹੈ। ਸ਼ੇਰੇ ਵਾਲੀ। ਤੇ ਜਿਹੜਾ ਬਾਪੂ ਜਮੀਤ ਸਿੰਘ ਦਾ ਪਰਿਵਾਰ ਸੀ ਉਹ ਹੁਣ ਇੱਥੇ ਹੀ ਹੈ? ਇੱਥੇ ਹੀ ਸਾਰਾ, ਉਹ ਆਹੀ ਪਰਿਵਾਰ ਜੰਮੂ ਵਾਲੇ ਬੈਠਾ, ਜੰਮੂ ਵਾਲੇ ਬੈਠਾ ਹੀ, ਕੁਝ ਭਾਅ ਵਾਲੇ ਬੈਠਾ। ਠੀਕ ਹੈ। ਕੁਝ ਇੱਥੇ ਬੈਠਾ, ਕੁਝ ਇੱਥੇ ਬੈਠਾ। ਹਾਂਜੀ, ਤਿੰਨ ਜਗ੍ਹਾ ਤੇ ਬੈਠੇ। ਚਾਰ ਪਿੰਡਾਂ ਜਮੀਨ ਸੀ, ਤਖਤ ਬਣਾਉਣੇ ਵੀ ਜਮੀਨ ਸੀ, ਨਾਲ ਜੰਮੂ ਵਾਲੇ ਕਿਲੋਮੀਟਰ ਤੇ ਸੀ। ਠੀਕ ਹੈ। ਸਾਡਾ ਇੱਕ ਕੁਛ ਪਰਿਵਾਰ, ਅਸੀਂ ਤਾਂ ਲਗਭਗ ਭਾਅ ਵਾਲੇ ਤੇ ਇੱਥੇ ਚੱਕ ਚ ਆ ਗਏ, ਇਹਨਾਂ ਦੀ ਫੈਮਿਲੀ ਸਾਡੀ। ਠੀਕ ਹੈ। ਇੱਕ ਫੈਮਿਲੀ ਉੱਥੇ ਬੈਠੀ ਹੈ ਜੰਮੂ ਵਾਲੇ, ਇੱਕ ਬਾਬੇ ਸੋਹਣਾ ਸਿੰਘ ਦਾ ਪਰਿਵਾਰ ਉੱਥੇ ਬੈਠਾ ਸਾਰਾ, ਉਹਨਾਂ ਦੀ ਉੱਥੇ ਹੀ ਫੈਮਿਲੀ ਹੈ, ਉਹਨਾਂ ਦਾ ਵੀ ਮਤਲਬ। ਠੀਕ ਹੈ। ਪਰਿਵਾਰ ਦੋਸਤੋ, ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਕਿਵੇਂ ਵਸਿਆ ਸੀ ਇਹ ਪਿੰਡ, ਸਰਦਾਰ ਜਮੀਤ ਸਿੰਘ ਦਾ ਰਾਜ ਦਰਬਾਰ ਪੂਰਾ ਨਾਮ ਸੀ, ਅਤੇ ਉਹਨਾਂ ਸਮਿਆਂ ਵਿੱਚ ਕਹਿੰਦੇ ਤਲਵਾਰ ਰੱਖਣ ਦੇ ਲਈ ਵੀ ਲਾਇਸੈਂਸ ਲੈਣਾ ਪੈਂਦਾ ਸੀ, ਅਤੇ ਉਸ ਸਮੇਂ ਸਰਦਾਰ ਜਮੀਤ ਸਿੰਘ ਜੀ ਦੇ ਕੋਲ ਤਲਵਾਰ ਦਾ ਲਾਇਸੈਂਸ ਹੁੰਦਾ ਸੀ। ਦੋਸਤੋ, ਇਹ ਪਿੰਡ ਦੇ ਸੰਧੂਆਂ ਦਾ ਪਿਛੋਕੜ ਲਹਿੰਦੇ ਪੰਜਾਬ ਦੇ ਰਾਜਾ ਜੰਗ ਤੋਂ ਹੈ। ਰਾਜਾ ਜੰਗ ਤੋਂ ਹਰਦਿਆਲੇ ਆਉਣਾ, ਜੰਮੂ ਆਉਣਾ, ਉਸ ਤੋਂ ਬਾਅਦ ਭਾਅ ਵਾਲਾ, ਅਤੇ ਫਿਰ ਬੱਜਿਆ ਚੱਕ ਜਮੀਤ ਸਿੰਘ ਵਾਲਾ।
4,4200 ਇਸ ਪਿੰਡ ਦਾ ਰਕਬਾ ਹੈ ਅਤੇ ਭਾਖੜਾ ਨਹਿਰ ਦੇ ਪਾਣੀ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ। ਕੁੱਲ ਮਿਲਾ ਕੇ ਸਾਰੀ ਨਹਿਰੀ ਜ਼ਮੀਨ ਹੈ ਅਤੇ ਇੱਥੇ ਕਣਕ, ਸਰੋਂ, ਨਰਮਾ, ਗਵਾਰ, ਮੂੰਗੀ ਆਦਿ ਮੁੱਖ ਫਸਲਾਂ ਹੁੰਦੀਆਂ ਹਨ। ਇਸ ਪਿੰਡ ਦੀ 900 ਵੋਟ ਹੈ। ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ 8ਵੀਂ ਤੱਕ ਸਕੂਲ ਹੈ। ਸਿਹਤ ਸਹੂਲਤਾਂ ਲਈ ਹੈਲਥ ਸੈਂਟਰ, ਰੱਬ ਦਾ ਨਾਮ ਜਪਣ ਲਈ ਗੁਰਦੁਆਰਾ ਸਾਹਿਬ, ਮੰਦਰ, ਅਤੇ ਇਹ ਪਿੰਡ ਜ਼ਿਆਦਾ ਸੰਧੂ ਭਾਈਚਾਰੇ ਦਾ ਹੋਣ ਕਰਕੇ ਇੱਥੇ ਬਾਬਾ ਕਾਲਾਮਾਰ ਜੀ ਦਾ ਸਥਾਨ ਵੀ ਪਿੰਡ ਵਿੱਚ ਬਣਿਆ ਹੋਇਆ ਹੈ। ਪਿੰਡ ਦੇ ਵਿੱਚ ਕਾਫੀ ਵੱਡਾ ਛੱਪੜ ਹੈ ਜਿਸ ਦੀ ਚਾਰ ਦੀਵਾਰੀ ਪੱਕੀ ਹੈ। ਇਸ ਤੋਂ ਇਲਾਵਾ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਇਹ ਪਿੰਡ ਵਿੱਚ ਬਹੁਤ ਵੱਡੀ ਸੱਥ ਹੈ ਜਿੱਥੇ ਵਿਹਲੇ ਸਮੇਂ 'ਚ ਲੋਕ ਇਕੱਠੇ ਹੁੰਦੇ ਹਨ ਅਤੇ ਗੱਲਾਂ ਬਾਤਾਂ ਕਰਦੇ ਹਨ। ਇਸੇ ਪਿੰਡ 'ਚੋਂ ਉੱਠ ਕੇ ਉੱਚ ਅਹੁਦਿਆਂ 'ਤੇ ਪਹੁੰਚੇ ਸਰਦਾਰ ਸ਼ਮਸ਼ੇਰ ਸਿੰਘ ਸੰਧੂ, ਸਹਿਕਾਰੀ ਸਮਿਤੀ ਹਰਬੰਸ ਸਿੰਘ ਬਰਾੜ ਰਿਟਾਇਰਡ ਪ੍ਰਿੰਸੀਪਲ, ਸਰਦਾਰ ਹਰਦੇਵ ਸਿੰਘ ਸੰਧੂ ਐਡਵੋਕੇਟ ਜੋਧਪੁਰ ਹਾਈ ਕੋਰਟ ਅਤੇ ਸੰਧੂ ਹੋਟਲ ਜੋਧਪੁਰ, ਗੁਰਨਾਮ ਸਿੰਘ ਬਰਾੜ ਚੇਅਰਮੈਨ ਅਤੇ ਬਚਿੱਤਰ ਸਿੰਘ ਨੰਬਰਦਾਰ, ਉਹਨਾਂ ਦਾ ਨਾਮ ਵੀ ਜ਼ਿਕਰਯੋਗ ਹੈ। ਸਾਰੇ ਧਰਮਾਂ ਦੇ ਲੋਕ ਬਹੁਤ ਪਿਆਰ ਅਤੇ ਮਿਲਵਰਤਨ ਦੇ ਨਾਲ ਪਿੰਡ ਵਿੱਚ ਰਹਿੰਦੇ ਹਨ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਪਿੰਡ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਇਹ ਵੀਡੀਓ ਤਿਆਰ ਕਰਨ ਵਿੱਚ ਚੱਕ ਜਮੀਤ ਸਿੰਘ ਵਾਲਾ ਤੋਂ ਸਰਦਾਰ ਨਿਸ਼ਾਨ ਸਿੰਘ ਸੰਧੂ ਅਤੇ ਸਰਦਾਰ ਪਿਰਥੀ ਸਿੰਘ ਬਰਾੜ ਅਤੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਕੀਤਾ। ਦੋਸਤੋ, ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਕੇ ਸਾਡੀ ਹੌਸਲਾ ਅਫਜਾਈ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ 'ਤੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ। ਧੰਨਵਾਦ।